ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅਕਾਲੀ ਆਗੂ ਅਤੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਰੋਡ ਸ਼ੋਅ ਕੱਢੇ ਜਾ ਰਹੇ ਹਨ ਅਤੇ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਕਪੂਰੀ ਵਿਖੇ ਚੈਨਲ ਆਈ ਪੰਜਾਬ ਨਾਲ ਗੱਲਬਾਤ ਕਰਦਿਆਂ ਚੰਦੂ ਮਾਜਰਾ ਨੇ ਕਿਹਾ ਕਿ ਕਾਂਗਰਸੀ ਪਿੰਡਾਂ ਵਿੱਚ ਲੋਕਾਂ ਦੀ ਭਾਈਚਾਰਕ ਸਾਂਝ ਖਤਮ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀਆਂ ਦੀਆਂ ਇਹਨਾਂ ਹਰਕਤਾਂ ਕਰਕੇ ਕਾਂਗਰਸੀ ਲੋਕ ਵੀ ਉਹਨਾਂ ਤੋਂ ਦੁਖੀ ਹਨ। ਜੋ ਅਸੀਂ ਆਪਣੇ ਭਾਸ਼ਣਾਂ ਵਿੱਚ ਸੁਣਾਉਂਦੇ ਹਾਂ, ਅਸੀਂ ਕੋਈ ਰਾਜਸੀ ਗੱਲਾਂ ਨਹੀਂ, ਜੋ ਲੋਕਾਂ ਦਾ ਦਰਦ ਆ ਉਹੀ ਲੋਕਾਂ ਨੂੰ ਸੁਣਾ ਰਹੇ ਹਾਂ। ਅੱਜ ਮੈਂ ਹੁਣ ਕਪੂਰੀ ਪਿੰਡ ਵਿੱਚ ਹਾਂ, ਤੁਸੀਂ ਦੇਖਣਾ ਸੀ ਕਿਸ ਤਰੀਕੇ ਨਾਲ ਮਾਈਆਂ ਜਿਹੜੇ ਬਿਜਲੀ ਦੇ ਇੰਨੇ ਵੱਡੇ ਵੱਡੇ ਬਿੱਲਾਂ ਦੀ ਗੱਲ ਕਰ ਰਹੀਆਂ, ਆਪ ਮੁਹਾਰੇ ਗੱਲ ਕਰ ਰਹੀਆਂ ਕਿ ਟੋਇਲਟਸ ਜਿਹੜੇ ਪੈਸਾ ਆਉਂਦਾ ਉਹਨਾਂ 'ਤੇ ਵੀ ਜਿਹੜੇ ਸਰਕਾਰ ਦੇ ਇਸ ਇਲਾਕੇ ਦੇ ਨੁਮਾਇੰਦਿਆਂ ਬਲੈਕਮੇਲ ਕਰ ਰਹੇ ਹਾਂ ਟੋਇਲਟਸ ਦੇ ਪੈਸਿਆਂ 'ਚੋਂ ਯਾਰ। ਅਤੇ ਕੁਦਰਤੀ ਰੂਪ ਵਿੱਚ ਆਪ ਮੁਹਾਰੇ ਲੋਕਾਂ ਦਾ ਰੋਸ ਅਤੇ ਰੋਹ ਆ ਜਿਹੜਾ ਵੋਟਾਂ ਦੇ ਰੂਪ ਵਿੱਚ ਪ੍ਰਗਟ ਹੋਊਗਾ, ਤਾਂ ਮੈਨੂੰ ਉਮੀਦ ਆ ਵੀ ਸਰਕਾਰ ਨੂੰ ਨਮੋਸ਼ੀਜਨਕ ਹਾਰ ਆ ਜਿਹੜੀ ਇਹ ਚੱਲਣੀ ਪਊਗੀ। ਇਸ ਤੋਂ ਇਲਾਵਾ ਕੋਈ ਮੁੱਦੇ ਜਿਹੜੇ ਲੋਕ ਤੁਹਾਡੇ ਕੋਲ ਸਮੱਸਿਆਵਾਂ ਲੈ ਕੇ ਆ ਰਹੇ ਹਨ? ਦੇਖੋ, ਇੱਕ ਤਾਂ ਧੱਕੇਸ਼ਾਹੀਆਂ ਦਾ ਬਹੁਤ ਵੱਡਾ ਕਿ ਭਰਾ ਸੀ ਇਹਨਾਂ ਦੀ ਪਾਰਟੀ ਦੇ, ਕਾਂਗਰਸ ਪਾਰਟੀ ਨਾਲ ਸੰਬੰਧਿਤ ਵੀ, ਉਹਨਾਂ ਨੂੰ ਵੀ ਲੜਾ ਕੇ ਉਹਨਾਂ ਦੇ ਜੇਬਾਂ 'ਚੋਂ ਜਿਵੇਂ ਪੈਸੇ ਕੱਢੇ ਗਏ, ਜਿਵੇਂ ਲੁੱਟ ਕੀਤੀ ਗਈ, ਬਹੁਤ ਅਹਿਮ ਮੁੱਦਾ ਇਸ ਇਲਾਕੇ ਦਾ। ਅਤੇ ਚੰਗੇ ਸੋਚ ਵਾਲੇ ਜਿਹੜੇ ਲੋਕ ਨੇ ਅੱਜ ਪਾਰਟੀਆਂ ਤੋਂ ਦੀਆਂ ਹੱਦਾਂ ਟੱਪ ਕੇ ਵੀ ਮੈਂ ਸਮਝਦਾ ਉਹ ਇੱਕ ਚੰਗੇ ਨਤੀਜੇ ਲਿਆਉਣ ਵਾਸਤੇ ਅੱਗੇ ਆ ਰਹੇ ਨੇ। ਦੂਸਰਾ ਜਿਹੜਾ ਮੇਨ ਮੁੱਦਾ ਹੈਗਾ ਬਿਜਲੀ ਦੇ ਬਿੱਲਾਂ ਦਾ, ਮੀਟਰ ਟਿਊਬਵੈੱਲਾਂ 'ਤੇ ਲਾਉਣ ਲੱਗੇ ਨੇ, ਉਹਦਾ ਬੱਚਿਆਂ ਦੀ ਸਕੋਲਰਸ਼ਿਪ ਕਿਉਂ ਨਹੀਂ ਆਈ ਹੈਗੀ, ਜਵਾਬ ਦੇਣ ਆ ਕੇ ਕਚਹਿਰੀ ਦੇ ਵਿੱਚ। ਸੋ ਫਿਰ ਡਿਵੈਲਪਮੈਂਟ ਦੇ ਕੰਮ ਜਿਹੜੇ ਫੰਡ ਸੀਗੇ ਦਿੱਤੇ ਹੋਏ ਪਿਛਲੀ ਸਰਕਾਰ ਨੇ, ਉਹ ਫੰਡ ਵਾਪਸ ਕਿਉਂ ਮੰਗੇ ਗਏ? ਇਹ ਲੋਕਾਂ ਦੇ ਸਵਾਲ ਨੇ ਜਿਹੜੇ ਅਸੀਂ ਸਰਕਾਰ ਕੋਲ ਵੀ ਰੱਖ ਰਹੇ ਹਾਂ ਅਤੇ ਵੋਟਾਂ ਰਾਹੀਂ ਹੁਣ ਲੋਕ ਇਹ ਸਵਾਲ ਕਰਨਗੇ ਸਰਕਾਰ ਨੂੰ। ਸੋ ਤੁਹਾਡੇ ਹਲਕੇ ਦੇ ਨਤੀਜੇ ਕਿੱਦਾਂ ਦੇ ਰਹੇ? ਦੇਖੋ, ਮੈਨੂੰ ਪੂਰੀ ਆਸ ਆ, ਉਮੀਦ ਆ ਕਿ ਜਿਸ ਤਰੀਕੇ ਦਾ ਹੁੰਗਾਰਾ ਮਿਲ ਰਿਹਾ, ਮੇਰੇ ਨਾਲ ਖੜੇ ਨੇ ਸਰਪੰਚ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ। ਇਹ ਸਰਪੰਚ ਸਾਹਿਬ ਕੋਈ ਅੱਜ ਦਾ ਨਹੀਂ, ਇਹ ਪਰਿਵਾਰ ਇਹ ਨਾਮਵਰ ਪਰਿਵਾਰ ਆ, ਭਾਵੇਂ ਕਾਂਗਰਸੀ ਪਰਿਵਾਰ ਸੀ ਪਰ ਇਸ ਪਰਿਵਾਰ ਦਾ ਸਤਿਕਾਰ ਸਾਰੀਆਂ ਪਾਰਟੀਆਂ ਵਿੱਚ ਸੀ। 45 ਸਾਲ ਦਾ ਪੁਰਾਣਾ ਕਾਂਗਰਸੀ ਪਰਿਵਾਰ ਸੀ ਮੌਜੂਦਾ ਸਰਪੰਚ ਨੇ। ਸੋ ਐਸੇ ਸੱਜਣ, ਐਸੇ ਨਾਮਵਰ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ 'ਚ ਆ ਰਹੇ ਨੇ। ਕੱਲ੍ਹ ਦਾ ਤੁਸੀਂ ਮੇਰਾ ਦੌਰਾ ਦੇਖਣਾ ਸੀਗਾ, ਕਰਨਪੁਰ ਪਿੰਡ ਦੇ ਵਿੱਚੋਂ ਖਾਨ ਪਰਿਵਾਰ ਆ ਇੱਕ, ਉਹ ਕਹਿੰਦੇ ਅਸੀਂ ਪਦੇਸ਼ੀ ਕਾਂਗਰਸੀ ਸੀ। ਮਤਲਬ ਮੈਂ ਉਹਨਾਂ ਨੂੰ ਪੁੱਛਿਆ, ਗੱਲਾਂ ਕਰ ਚੱਲ ਪਏ ਵੀ ਕਿੰਨੇ ਸਾਲ ਪੁਰਾਣੇ ਸੀ, ਕਹਿੰਦੇ ਪਦੇਸ਼ੀ ਕਾਂਗਰਸੀ ਸੀ ਅਸੀਂ, ਵੀ ਕਾਂਗਰਸ ਪਾਰਟੀ ਹੀ ਦੇਖੀ ਆ, ਅਸੀਂ ਕਾਂਗਰਸ ਨਾਲ ਹੀ ਜੁੜੇ ਰਹੇ। ਉਹ ਸਮੁੱਚਾ ਪਰਿਵਾਰ, ਘੱਟੋ ਘੱਟ ਮੇਰੇ ਖਿਆਲ ਵਿੱਚ ਪਰਿਵਾਰ ਦੇ ਉਹ 65 ਤਾਂ ਵੋਟਾਂ ਹੀ ਨੇ ਜਿਹੜਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ। ਇੱਦਾਂ ਹੀ ਹਰਜੀਤ ਸਿੰਘ ਉਹਨਾਂ ਦਾ ਪਰਿਵਾਰ ਸੀ, ਦੌਣ ਕਲਾਂ ਗੁਰਸਦਾਰ ਹਰਬੰਸ ਸਿੰਘ ਜੀ ਉਹਨਾਂ ਦਾ ਪਰਿਵਾਰ ਆ, ਕਿੰਨੇ ਪਰਿਵਾਰ ਜਿਹੜੇ ਪੁਰਾਣੇ ਮੋਹਰੀ ਪਰਿਵਾਰ ਸੀਗੇ, ਇੱਜ਼ਤਦਾਰ ਸਤਿਕਾਰਯੋਗ ਪਰਿਵਾਰ ਸੀਗੇ, ਉਹ ਅੱਜ ਅਕਾਲੀ ਦਲ ਵਿੱਚ ਨੇ। ਅੰਦਰੋਂ ਅੰਦਰ ਕਾਂਗਰਸ ਦੇ ਵਿੱਚ ਵੀ ਬਗਾਵਤ ਦੀਆਂ ਜਿਹੜੀਆਂ ਗੱਲਾਂ ਨੇ ਇਸ ਇਲਾਕੇ ਵਿੱਚ, ਉਹ ਆਪ ਮੁਹਾਰੇ ਉੱਠਣੀਆਂ, ਉਹ ਹੌਲੀ ਹੌਲੀ ਸਾਹਮਣੇ ਆਉਣਗੀਆਂ। ਉਹ ਵੀ ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ।